ਨਾਮ ਸ਼ੁਭਮ ਮਨਿੰਦਰ ਸਿੰਘ ਹੈ ਜੀ। ਅਸੀਂ ਛੇੜਲ ਇਲਾਕਾ ਨਿਵਾਸੀ ਆਜ਼ਾਦ ਰੋਡ ਆਜ਼ਾਦ ਨਗਰ ਤੇ ਅੱਜ ਸ਼੍ਰੋਮਣੀ ਕਮੇਟੀ ਦੇ ਲੀਡਰ ਅਨਿਲ ਜੋਸ਼ੀ ਜੀ ਅੱਜ ਆਪਣੇ ਪੰਡਾਲ ਵਿੱਚ ਪਹੁੰਚੇ ਸੀ ਅਤੇ ਉਹਨਾਂ ਦੇ ਅੱਗੇ ਆਪਾਂ ਅਸੀਂ ਆਪਣੇ ਜੋ ਮੰਗਾਂ ਜਿਹੜੀਆਂ ਸੀ ਪਾਣੀ ਦੀਆਂ ਜਿਹੜੀਆਂ ਸਮੱਸਿਆ ਸੀ, ਪਾਣੀ ਜਿਹੜਾ ਬੜਾ ਦੂਸ਼ਿਤ ਹੋਇਆ ਪਿਆ ਹੈ, ਉਹਦੇ ਚੱਕਰ 'ਚ ਆਪਾਂ ਉਹਨਾਂ ਨੂੰ ਵੈਲਕਮ ਕੀਤਾ ਸੀ ਤਾਂ ਜੋ ਕਿ ਉਹ ਸਾਡੀਆਂ ਮੰਗਾਂ ਪੂਰੀਆਂ ਕਰ ਸਕਣ। ਇਸ ਕਰਕੇ ਉਹਨਾਂ ਨੇ ਅੱਗੇ ਵਿਚਾਰਧਾਰਾ ਕੀਤੀ ਸੀ ਕਿ ਜਿਹੜੀ ਵੀ ਸਾਡੇ ਜਿਹੜੇ ਮੁੱਦੇ ਨੇ ਪੂਰੇ ਕਰ ਸਕਣ। ਘਰ ਘਰ ਬੜੇ ਬੱਚਿਆਂ ਦੀ ਇਨਫੈਕਸ਼ਨ, ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਕੁੱਠ ਕੋਈ ਕਾਫੀ 150-250 ਦੇ ਕਰੀਬ ਇਕੱਠ ਹੈਗਾ ਸੀ ਵੈਸੇ, ਅਤੇ ਉਹਨਾਂ ਦੇ ਅੱਗੇ ਵੀ ਆਪਣੇ ਇਲਾਕੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ ਅਤੇ ਇਮਾਨਦਾਰ ਲੀਡਰ ਨੇ, ਅਤੇ ਇਸੇ ਕਰਕੇ ਅਸੀਂ ਉਹਨਾਂ ਨੂੰ ਅੱਜ ਅਸੀਂ ਵੈਲਕਮ ਕੀਤਾ ਸੀ ਵੀ ਤਾਂ ਜੋ ਕਿ ਸਾਡੀ ਸਮੱਸਿਆ ਦਾ ਵੀ ਹੱਲ ਕਰ ਸਕਣ, ਕਿਉਂਕਿ ਬੱਚੇ ਬੜੇ ਪੀੜਤ ਹੈਗੇ ਨੇ ਪਾਣੀ ਤੋਂ, ਇਨਫੈਕਸ਼ਨਾਂ ਹੋ ਰਹੀਆਂ ਨੇ। ਹਾਂਜੀ ਹਾਂਜੀ ਬਿਲਕੁਲ ਜੀ, ਜਿਸ ਹਿਸਾਬ ਨਾਲ ਲੱਗ ਰਿਹਾ ਹੈ ਵੀ ਇਮਾਨਦਾਰ ਲੀਡਰ ਨੇ ਅਤੇ ਇਹਨਾਂ ਦੇ ਹਰ ਇੱਕ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਕੀਮਤੀ ਵੋਟ ਇੱਕ ਨੇ ਇੱਕ ਦੇ ਸਾਥ ਦੇ ਕੇ ਆਪਣੇ ਨਾਲ ਹੋਰ ਨਾ ਦਿਆ ਵੀ ਇਹ ਆਪਣਾ ਕਿਨੂੰ ਆਉਂਦੇ ਇਹ ਇਲੈਕਸ਼ਨ ਆਪਾਂ ਵੋਟਾਂ ਭਾਰੀ ਮਾਤਰਾ ਵਿੱਚ ਪਾ ਕੇ ਉਹਨਾਂ ਨੂੰ ਜਿਤਾਵਾਂਗੇ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਪਾਲ ਸਿੰਘ, 2 ਮਿੰਟ ਆ ਗਿਆ ਅੱਜ ਦਾ ਪ੍ਰੋਗਰਾਮ ਜਿਹੜਾ ਗੱਲ ਕਰਿਓ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਸੀ, ਸਾਡੇ ਮਾਣਯੋਗ ਅਨਿਲ ਜੋਸ਼ੀ ਜੀ ਉਹ ਇਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਆਏ ਸੀ। ਉਹ ਇੱਕ ਵਿਸ਼ਵਾਸ ਦੇ ਕੇ ਗਏ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਮਸਲੇ ਆ ਮਤਲਬ ਜਲਦ ਤੋਂ ਜਲਦ ਹੱਲ ਹੋਣਗੇ। ਇਹਦੇ ਵਿੱਚ ਕੋਈ ਜਿੱਦਾਂ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਪਹਿਲੇ ਝੂਠੇ ਵਾਅਦੇ ਕੀਤੇ ਸੀ ਕਿ ਸਾਨੂੰ ਵੋਟਾਂ ਪਾਓ ਅਤੇ ਇੱਕ ਬਦਲਾਅ ਆਏਗਾ, ਉਹ ਬਦਲਾਅ ਕਾਹਦਾ ਆਉਣਾ ਸੀ, ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਆ ਗਿਆ ਵਾ, ਬਦਲਾਅ ਤਾਂ ਕੋਈ ਆਇਆ ਨਹੀਂ ਹੈ ਅਤੇ ਗੰਦਾ ਪਾਣੀ ਜ਼ਰੂਰ ਆ ਗਿਆ ਵਾ। ਲੋਕ ਦੁਖੀ ਨੇ, ਪੂਰੇ ਵੈਸਟ ਹਲਕੇ ਦੇ ਵਿੱਚ ਗੰਦੇ ਪਾਣੀ ਦੀ ਅਤੇ ਪੀਣ ਵਾਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਚੱਲਦੀ ਪਈ ਆ, ਜਿਹੜੀ ਕਿ ਪੰਜਾਬ ਸਰਕਾਰ ਕੋਲ ਹਾਲੇ ਤੱਕ ਕੋਈ ਹੱਲ ਨਹੀਂ ਹੋਈ। ਅਤੇ ਜੋ ਕਿ ਸਾਡੇ ਮਾਣਯੋਗ ਅਨਿਲ ਜੋਸ਼ੀ ਜੀ ਸਾਨੂੰ ਵਿਸ਼ਵਾਸ ਦੇ ਗਏ ਆ ਆਉਣ ਵਾਲੇ ਟਾਈਮ 'ਤੇ ਇਹ ਜਿਹੜੇ ਮਸਲੇ ਆ ਪਹਿਲ ਆਧਾਰ 'ਤੇ ਹੱਲ ਹੋਣਗੇ।